ਭਾਜੀ ਇਹਨਾਂ ਨਾਲ ਕੋਈ ਪੈਸਿਆਂ ਦਾ ਲੈਣ ਦੇਣ? ਵੀਰ ਜੀ ਤੁਹਾਨੂੰ ਨਹੀਂ ਪਤਾ? ਭਾਜੀ ਤੁਹਾਨੂੰ ਵਾਕਈ ਨਹੀਂ ਪਤਾ, ਇਹੀ ਆ ਰਤਨ ਸਿੰਘ ਟਾਟਾ ਉਰਫ ਪਿੰਕਾ ਪੂੰਡ। ਤੀਜੀ ਲਾਸ਼ ਦੀ ਇੰਟਰੋਡਕਸ਼ਨ ਨਹੀਂ ਕਰਾਈ ਓਏ? ਆਏ ਇਹਨਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਸਮਝਾਤਾ। ਇੱਕ ਗੱਲ ਪੂੰਡਾ ਤੂੰ ਵੀ ਕਰ ਲੈ ਨੋਟ, ਜਿਹੜਾ ਜੇਬੀ ਤੇ ਸਿਮਰਨ ਦੇ ਵਿਚਕਾਰ ਆਊ ਮੈਂ ਤਾਂ ਭੰਨ ਦੂ ਬੁੱਲਾਂ ਨਾਲ ਖਰੋਟ। ਟਾਟਾ ਸਾਹਿਬ ਬੁੱਲਾਂ ਨਾਲ ਤਾਂ ਕੀ, ਮੈਂ ਤਾਂ ਕਦੇ ਦੰਦਾਂ ਨਾਲ ਵੀ ਨਹੀਂ ਭੰਨਿਆ। ਕੁੜੀ ਕੱਢੋ ਏ ਭਾਜੀ, ਬਿਲਕੁਲ ਮੇਰੇ ਕੋਲ ਨਹੀਂ ਹੈਗੀ ਕੁੜੀ, ਸੱਚੀ। ਬਕਵਾਸ ਬੰਦ, ਕੁੜੀ ਕੱਢੋ। ਉਹ ਤੇਰੇ ਕੋਲ ਤਾਂ ਨਹੀਂ ਹੈਗੀ? ਕਿਹੜੀ ਕੁੜੀ? ਸਿਮਰਨ। ਬੱਲੇ ਉਤਰ, ਨਾਲੇ ਚੋਰ ਤੇ ਨਾਲੇ ਚਤਰ। ਭਾਜੀ ਚੋਰ ਵਾਲੀ ਗੱਲ ਤਾਂ ਮੂੰਹੋਂ ਨਿਕਲ ਗਈ, ਪਰ ਚਤਰ ਵਾਲੀ ਗੱਲ ਤੁਹਾਨੂੰ ਮੰਨਣੀ ਪੈਣੀ ਆ। ਜਸਾ ਨਾਲ ਤੁਸੀਂ ਸਿਮਰਨ ਨੂੰ ਗੇਟ 'ਚ ਲੈ ਕੇ ਉਹਦੇ ਨਾਲ ਵਿਆਹ ਕਰ ਰਹੇ ਹੋ। ਕਿਹੜੀ ਸਿਮਰਨ ਤੇ ਕਿਹੜਾ ਵਿਆਹ? ਤੁਸੀਂ ਤੇ ਐਵੇਂ ਗਰੀਬ ਨੂੰ ਜਲੀਲ ਕਰਨ ਡਏ ਹੋ ਵੀਰ ਜੀ। ਸਿਮਰਨ ਨਾਲ ਮੇਰਾ ਵਿਆਹ ਹੁੰਦਾ ਤੇ ਮੇਰੇ ਹੱਥ 'ਚ ਚਾਕੂ ਥੋੜਾ ਫੜਿਆ ਹੋਣਾ ਸੀ ਵੀਰ ਜੀ, ਮੇਰੇ ਹੱਥ 'ਚ 7 ਫੁੱਟੀ ਤਲਵਾਰ ਫੜੀ ਹੁੰਦੀ। ਅੱਖਾਂ ਜਥਰੂ ਨਹੀਂ ਭਾਜੀ, ਮੇਰੀਆਂ ਅੱਖਾਂ ਦੇ ਵਿੱਚ ਸੁਰਮਾ ਹੁੰਦਾ, ਸੁਰਮ ਸਲਾਈਆਂ ਪੌਂਡੀਆਂ ਹੁੰਦੀਆਂ ਭਾਬੀਆਂ। ਭਾਜੀ ਮੇਰੇ ਥੱਲੇ ਘੋੜੀ ਹੁੰਦੀ, ਮੈਂ ਤੇ ਚੰਡੀਗੜ੍ਹੋਂ ਬਠਿੰਡੇ ਬੱਸ ਪਿੱਛੇ ਲੱਭ ਕੇ ਆਇਆ ਭਾਜੀ ਬੇਟਿਕਟਾ। ਇਹਦਾ ਮਤਲਬ ਸਿਮਰਨ ਦਾ ਵਿਆਹ ਤੇਰੇ ਨਾਲ ਨਹੀਂ ਹੋ ਰਿਹਾ? ਇਹਦਾ ਮਤਲਬ ਸਿਮਰਨ ਤੁਹਾਡੇ ਕੋਲ ਵੀ ਹੈ ਨਹੀਂ ਯਾਰ? ਫਿਰ ਸਿਮਰਨ ਦੇ ਵਿਆਹ 'ਚ ਰਾਜ਼ ਕੀ ਹੈ? ਫਿਰ ਖੋਲਦੀ ਹੈ ਸਸਪੈਂਸ, ਲਿਆ ਰਹੀ ਹੈ ਤੁਹਾਡੇ ਬੁੱਲਾਂ ਤੇ ਸਿੱਕਰੀ। ਦੱਸਦੀ ਹੈ ਸਿਮਰਨ ਕਿਹਦੇ ਨਾਲ ਵਿਆਹ ਕਰਾ ਰਹੀ ਹੈ। ਕਿਹਦੇ ਨਾਲ? ਕੰਨ ਖੋਲ ਕੇ ਸੁਣੋ, ਸਿਮਰਨ ਤੇ ਮੈਂ ਅਸੀਂ ਦੋਵੇਂ ਵਿਆਹ ਕਰਾ ਰਹੇ ਹਾਂ। ਵਿਆਹ ਕਦੋਂ? ਉਹ 7 ਤਰੀਕ ਨੂੰ ਕਰਾ ਰਹੀ ਹੈ, ਮੈਂ 13 ਨੂੰ ਕਰਾ ਰਿਹਾ। ਓਏ ਮੂਰਖੋ, ਅਜੇ ਤੱਕ ਇੰਨੀ ਗੱਲ ਨਹੀਂ ਤੁਹਾਡੇ ਪੱਲੇ ਪਈ ਕਿ ਸਿਮਰਨ ਆਪਣੇ 4 ਚੋਂ ਕਿਸੇ ਨਾਲ ਨਹੀਂ ਬਲਕਿ ਕਿਸੇ 5ਵੇਂ ਨਾਲ ਵਿਆਹ ਕਰਵਾ ਰਹੀ ਆ? ਆਪਾਂ ਆਪਸ ਵਿੱਚ ਕਦੇ ਫੇਰ ਨਹੀਂ ਜੱਠ ਲਾਂਗੇ, ਪਹਿਲਾਂ ਆਪਾਂ ਉਸ 5ਵੇਂ ਨੂੰ ਲੱਭੀਏ ਤੇ ਸਿਮਰਨ ਦਾ ਵਿਆਹ ਤੁੜਵਾਈਏ। ਯੈਸ। ਓਏ ਲਾਣ ਤਾਂ ਤੁਹਾਡੀ ਸੋਚ ਤੇ, ਪਿਆਰ ਕਰਨ ਵਾਲੇ ਘਰ ਵਸਾਉਂਦੇ ਆ, ਉਜਾੜਦੇ ਨਹੀਂ। ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ, ਨਾ ਹੀ ਮੈਂ ਵਿਆਹ ਤੋੜੂੰਗਾ ਤੇ ਨਾ ਹੀ ਕਿਸੇ ਨੂੰ ਤੋੜਨ ਦਊਂਗਾ। ਬਹੁਤ ਅੱਛੇ, ਵੈਰੀ ਗੁੱਡ। ਲਓ ਜੀ ਕੈਂਡੀਡੇਟ ਤਾਂ ਆਪੇ ਘਟ ਗਿਆ। ਹੌਲੀ ਹੌਲੀ ਏਦਾਂ ਹੀ ਬਰਕਤ ਪਊ। ਪਰ ਬਰਕਤ ਤੇ ਤਾਂ ਪਾਏਗੀ ਨਾ ਜੇ ਕੋਈ ਹਰਕਤ ਕਰਾਂਗੇ। ਹਾਂ ਤਾਂ ਫਿਰ ਵੇਖਦੇ ਕੀ ਹੋ, ਚੱਕ ਦਿਓ ਫੱਟੇ ਘਰ ਵਾਲੇ, ਫੱਟੇ ਤੇ ਚੱਕਦੇ। ਹੁਣ ਦੱਸੋ ਵੀ ਕਰਨਾ ਕੀ ਹੈ? ਉਹ ਸਾਲੇ ਅਸੀਂ ਕੀ ਕਰਨਾ? ਕਿਉਂ ਕਰੂਗੀ ਤਾਂ ਹੁਣ ਨੀਲਮ ਭਨੋਟ। ਨੀਲਮ ਭਨੋਟ? ਆ ਕੋਈ ਨਵਾਂ ਕਰੈਕਟਰ ਕੱਢ ਲਿਆ ਯਾਰ, ਨੀਲਮ ਭਨੋਟ ਇਹ ਕੌਣ? ਨੀਲਮ ਭਨੋਟ ਸ਼ਾਦੀ ਸ਼ੁਦਾ ਹੈ ਜਿਸ ਦਾ ਪਤੀ ਗੁੰਮ ਸ਼ੁਦਾ ਹੈ। ਇੱਧਰ ਫਰਾਇਆ ਗੱਲਾਂ ਮਰੀਆਂ, ਗੁੰਮ ਸ਼ੁਦਾ ਦੀ ਤਲਾਸ਼। ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਪਤੀ ਸ਼੍ਰੀ ਕਸ਼ਮੀਰੀ ਲਾਲ ਭਨੋਟ ਪਿਛਲੇ 2 ਦਿਨਾਂ ਤੋਂ ਗੁੰਮ ਹਨ। ਸਾਰੇ ਟੱਬਰ ਵਾਲੇ ਗੁੰਮਸੁੰਮ ਹਨ। ਉਹਨਾਂ ਦਾ ਰੰਗ ਸਾਂਵਲਾ, ਕੱਦ 5'7" ਤੇ ਨੈਣ ਨਕਸ਼ ਫੀਨੇ ਹਨ। ਉਹਨਾਂ ਨੇ ਹਰੀ ਕਮੀਜ਼ ਕਾਲੀ ਪੈਂਟ ਪਾਈ ਹੋਈ ਹੈ। ਜਿਸ ਕਿਸੇ ਨੂੰ ਮਿਲਣ ਮੈਨੂੰ ਹੇਠ ਲਿਖੇ ਨੰਬਰ ਤੇ ਸੂਚਿਤ ਕਰੋ ਜੀ, ਨੀਲਮ ਭਨੋਟ 96-232-99-540। ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਭਈ ਸਿਮਰਨ ਦਾ ਵਿਆਹ ਸਵਾਹ ਤੜਾਊਗੀ, ਇਹਦਾ ਆਪਣਾ ਵਿਆਹ ਦਾ ਗੁਆਚਿਆ ਫਿਰਦਾ। ਉਹ ਪਸੰਦ ਰੋ ਖਲੋ ਜੋ ਹੁਣੇ ਵੇਖਿਓ ਜਲਵਾ। ਹੈਲੋ ਜੀ, ਉਹ ਜਿਹੜਾ ਤੁਹਾਡਾ ਬੰਦਾ ਗੁਆਚਿਆ ਨਾ ਜੀ, ਉਹ ਦਰਅਸਲ ਗੁਆਚਿਆ ਨਹੀਂ ਹੈ। ਉਹ ਬੰਦਾ ਸਾਡੇ ਕਬਜ਼ੇ ਵਿੱਚ ਹੈ, ਜੇ ਤੂੰ ਚਾਹੁੰਦੀ ਹੈ ਤੇਰੇ ਬੰਦੇ ਦੀ ਜਾਨ ਬਖਸ਼ ਦਿੱਤੀ। ਅੱਛੀ ਪੱਕੀ ਗੱਲ ਹੈ ਜੀ, ਗਲਤੀ ਹੋ ਗਈ। ਉਹ ਤਾਂ ਕਹਿੰਦੇ ਜੀ ਬੰਦਾ ਸਾਡਾ ਗੁਆਚਿਆ ਹੀ ਨਹੀਂ ਹੈ, ਕੋਈ ਸਾਡੇ ਕੋਲ ਤੇ ਸਮਾਂ ਦੀ ਬੰਦੇ ਵਾਧੂ ਆ। ਮੈਨੂੰ ਲੱਗਦਾ ਜੀ ਖੜੇ ਰੋਂਗ ਨੰਬਰ ਹੀ ਮਿਲ ਗਿਆ ਕਿਤੇ। ਪੰਜਾਬ ਨੂੰ ਪਤਾ ਵੀ ਖਰੋਟ ਜੇਬੀ ਦਾ ਟ੍ਰੇਡ ਮਾਰਕ ਹੈ, ਅਸੀਂ ਉਸ ਪਾਸ ਜਾਣਾ। ਮੈਂ ਮਿਲਾਉਣਾ ਨੰਬਰ, ਇੱਥੋਂ ਦੇਖ ਲੋ ਜੀ, ਖੜ ਜਾ। ਨੰਬਰ ਏਡਾ ਲੰਬਾ ਹੋ ਗਿਆ ਜਿਹੜਾ ਹਜੇ ਤੱਕ ਨਹੀਂ ਮਿਲਿਆ। ਕਾਹਨੂੰ? ਮੈਥੋਂ ਤਾਂ ਲੌਕ ਨਹੀਂ ਖੁੱਲਿਆ ਅਜੇ ਤੱਕ ਇਹਦਾ। ਸਦਕੇ ਜਾਵਾਂ ਸਾਲੇ ਵੱਡੇ ਗਵਾਹਕਾਰ ਦੇ, ਕਿੱਦਾਂ ਨਹੀਂ ਮਿਲਦਾ ਦੇਖ ਨਾ, ਇੱਥੋਂ ਲੌਕ ਖੁੱਲਿਆ ਆ, ਨੰਬਰ ਲਾ ਕੇ ਓਕੇ ਕਰ ਦਿਓ, ਸਾਲਾ ਭੜੱਕ ਕੱਢ ਕੇ ਨੰਬਰ ਮਿਲਦਾ। ਹੈਲੋ ਹੈਲੋ, ਇਹ ਸਹੀ ਨੰਬਰ ਹੈ ਜੀ? ਮਤਲਬ ਨੀਲਮ ਭਨੋਟ ਹੋਣਾ ਦਾ ਨੰਬਰ ਹੈ ਜੀ? ਹਾਂਜੀ, ਮੈਂ ਨੀਲਮ ਭਨੋਟ ਬੋਲ ਰਹੀ ਹਾਂ। ਭੈਣ ਜੀ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਹੈ। ਇੱਧਰ ਬੜਾ,
ਤੁਹਾਡਾ ਪਤੀ ਜੰਮੂ ਲਾਲ ਪਨੋਟ ਕਸ਼ਮੀਰੀ ਲਾਲ ਪਨੋਟ ਸਾਡੇ ਕਬਜ਼ੇ 'ਚ ਹੈ। ਜੇ ਤੁਸੀਂ ਆਪਣੇ ਪਤੀ ਨੂੰ ਜਿਉਂਦਾ ਵੇਖਣਾ ਚਾਹੁੰਦੇ ਹੋ ਤੇ ਹੁਣੇ ਹੋਟਲ ਪਰਲ ਇਨ ਦੇ ਕਮਰਾ ਨੰਬਰ 302 ਵਿੱਚ ਪਹੁੰਚੋ। ਪਰ ਮੈਂ ਇੰਨੀ ਰਾਤ ਨੂੰ ਕਿਵੇਂ ਆ ਸਕਦੀ ਆ? ਗੱਲ ਵੈਸੇ ਭੈਣ ਜੀ ਉਹਨਾਂ ਦੀ ਵੀ ਠੀਕ ਹੈ ਯਾਰ, ਰਾਤ ਨੂੰ ਕਿਵੇਂ ਆਉਣਗੇ, ਨਾ ਕੋਈ ਟੈਂਪੂ ਨਾ ਕੋਈ ਰਕਸ਼ਾ। ਫਿਰੇ ਮੁੱਤਰ ਆਈ ਯਾਰ, ਦੇਖੋ ਭੈਣ ਜੀ ਅਸੀਂ ਤੁਹਾਡੀ ਕਨਵੈਂਸ ਦਾ ਠੇਕਾ ਨਹੀਂ ਲਿਆ ਹੈ, ਤੁਸੀਂ ਬਮਾਦੀ ਸਕੇਟਿੰਗ ਕਰਦੇ ਆ ਜੋ। ਮੈਨੂੰ ਕਰਨ ਦੇ ਦੋ ਹਰਫੀ ਗੱਲ ਕਰੋ ਜੀ। ਇੱਕ ਗੱਲ ਮੇਰੀ ਵੀ ਕੰਨ ਖੋਲ ਕੇ ਸੁਣ ਲੈ ਬੀਬਾ ਨੀਲਮ ਭਨੋਟ, ਜੇ ਪੁਲਿਸ ਨੂੰ ਭੋੜਾ ਜਿੰਨੀ ਵੀ ਕੀਤੀ ਰਿਪੋਰਟ, ਮੈਂ ਤਾਂ ਬਣ ਤੂੰ ਬੁੱਲਾ ਨਾ। ਨਹੀਂ ਨਹੀਂ ਮੈਂ ਆ ਰਹੀ ਹਾਂ, ਮੈਂ ਆ ਰਹੀ ਹਾਂ, ਆ ਰਹੀ ਹਾਂ। ਨਹੀਂ ਨਹੀਂ ਇਹ ਕੰਮ ਮੈਥੋਂ ਨਹੀਂ ਹੋਣਾ, ਮੈਥੋਂ ਕਿਸੇ ਦਾ ਵਿਆਹ ਨਹੀਂ ਤੋੜਿਆ ਜਾਣਾ। ਵਾਹ ਬਹੁਤ ਖੂਬ ਬਹੁਤ ਖੂਬ, ਕਿਸੇ ਦਾ ਵਿਆਹ ਨਾ ਤੋੜੀ, ਆਪਣੇ ਬੰਦੇ ਦੀ ਧੌਣ ਤੁੜਵਾ ਲਈ ਸਾਡੇ ਹੱਥੋਂ। ਇੱਕ ਮਿੰਟ ਮੈਂ ਗੱਲ ਕਰਦਾ ਗੱਲ ਵੈਸੇ ਆਪਸੀ ਗੱਲ ਹੈ ਭਨੋਟ ਭੈਣ ਜੀ, ਇਹ ਸਾਰੇ ਬੰਦਾ ਮਾਰ ਦਿੰਦੇ ਹੈ, ਮੈਂ ਤਾਂ ਆਪ ਨਹੀਂ ਬਹੁਤਾ ਲਾਈਕ ਕਰਦਾ। ਆਓ ਓਏ ਮਾਣੇ, ਪੰਜੇ ਲਾਸ਼ਾਂ ਲਾਤੀਆਂ ਟਿਕਾਣੇ, ਸੁਣ ਲਓ। ਨਹੀਂ ਓਏ ਭਨੋਟ ਦੇ ਸਾਹ ਹਜੇ ਚੱਲਣ ਦੇ, ਉਹਦੇ ਬਾਰੇ ਅਜੇ ਠਹਿਰ ਕੇ ਦੱਸਦੇ ਹਾਂ। ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿੱਥੇ ਪਹੁੰਚਣਾ ਤੇ ਕਦੋਂ ਪਹੁੰਚਣਾ। ਦੱਸੋ ਜੀ। ਦੇਖੋ ਜੀ ਕਿੱਥੇ ਦਾ ਤੁਹਾਨੂੰ ਹੁਣੇ ਦੱਸ ਦਿੰਦੇ ਹਾਂ, ਤੇ ਕਰੋ ਦਾ ਤਾਂ ਕੋਈ ਗੱਲ ਨੀ ਜੀ, ਸਵੇਰੇ ਆਰਾਮ ਨਾਲ ਤਿਆਰ ਸ਼ਿਆਰ ਹੋ ਕੇ ਪਹੁੰਚ ਜਾਓ, ਵਿਆਹ ਤਾਂ ਸਵੇਰੇ ਹੀ ਤੋੜਨਾ, ਅੱਜ ਦੀ ਰਾਤ ਉਹਨਾਂ ਨੂੰ ਨੱਚਣ ਗਾਉਣ ਦਿਓ। ਮੇਰੇ ਹਸਬੈਂਡ ਨੇ ਸਵੇਰ ਦਾ ਕੁਝ ਖਾਧਾ ਵੀ ਹੈ ਕਿ ਨਹੀਂ?
ਦੋ ਦਿਨ ਹੋ ਗਏ ਸਾਡਾ ਦਿਮਾਗ ਖਾ ਗਿਆ, ਮੈਨੂੰ ਛੱਡੋ ਮੈਨੂੰ ਛੱਡੋ ਮੈਨੂੰ ਛੱਡੋ। ਉਹ ਮੈਂ ਕਿਹਾ ਉਧਰ ਤੇਰੀ ਵਹੁਟੀ ਨੇ ਵਿਆਹ ਛਡਾ ਦੇਣਾ, ਇਧਰ ਅਸੀਂ ਤੈਨੂੰ ਛੱਡ ਦੇਣਾ। ਮੇਰੀ ਇੱਕ ਵਾਰੀ ਗੱਲ ਤਾਂ ਕਰਾ ਦਿਓ ਉਹਨਾਂ ਨਾਲ। ਪਹਿਲਾਂ ਜਿਹੜੀ ਕਰਨ ਵਾਲੀ ਗੱਲ ਆ ਉਹ ਕਰ, ਗੱਲ ਕਰਾ ਦਿਓ ਇਹਦੀ। ਵੈਸੇ ਤੁਸੀਂ ਇਹ ਪਾਪ ਮੈਥੋਂ ਕਿਉਂ ਕਰਾ ਰਹੇ ਹੋ? ਕਿਸੇ ਦਾ ਵਿਆਹ ਤੁੜਵਾ ਕੇ? ਕਿਸੇ ਦੇ ਵਿਆਹ ਦੀ ਛੱਡ, ਪਹਿਲਾਂ ਆਪਣੇ ਕਰਵਾ ਚੌਥ ਬਾਰੇ ਸੋਚ। ਕਿਤੇ ਇਹ ਨਾ ਹੋਵੇ ਮੈਨੂੰ ਇੱਥੇ ਹੀ ਭੰਨਣਾ ਪੈ ਜੇ ਬੁੱਲਾ ਨਾਲ ਕਰੋਟ। ਉਹ ਰਿਹਾ ਲਾੜਾ, ਟੁੱਟ ਕੇ ਪੈ ਜਾ ਤੇ ਪਾ ਦੇ ਪੁਆੜਾ। ਬੜੀ ਮੁਸ਼ਕਿਲ ਹੋ ਰਹੀ ਯਾਰ। ਮੇਰਾ ਤਾਂ ਨਾ ਸੀ, ਤੁਹਾਨੂੰ ਬੱਚਿਆਂ ਤੇ ਵੀ ਤਰਸ ਨਹੀਂ ਆਇਆ? ਉਹ ਕੀ ਕਹਿਣਗੇ, ਪਾਪਾ ਨੇ ਦੂਜਾ ਵਿਆਹ ਕਰਾ ਲਿਆ। ਵੈਸੇ ਵੀ ਪਾਪਾ ਲਵੇ ਸੁਣ ਕੇ ਸਵਾਦ ਜਿਹਾ ਆ ਗਿਆ ਵੀ। ਜਨਾਬ ਸਵਾਦ ਨੂੰ ਛੱਡੋ, ਕੇਸ ਪੈ ਜਾਣੇ ਆ, ਵਿਆਹ ਟੁੱਟ ਜੂ, ਨੌਕਰੀ ਛੱਡ ਜੂ। ਉਹ ਕੀ ਬਕਵਾਸ ਕਰ ਰਹੀ ਹੈ ਤੂੰ? ਕਿਹਦਾ ਵਿਆਹ, ਕਿਹਦੇ ਬੱਚੇ? ਆਪਣਾ ਵਿਆਹ ਤੇ ਸਾਡੇ ਬੱਚੇ? ਬਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਅਸੀਂ ਬਰਾਤ ਹੀ ਨਾ ਹੁੰਦੇ। ਇਹ ਜੇ ਨੂੰ ਫੜ ਕੇ ਬਾਹੇ ਲਾ ਦੇ ਪੁੱਛੇ ਨਾ। ਓ ਪਿਆਰਿਓ, ਦੇਖਦੇ ਕੀ ਹੋ, ਮੂੰਹ ਕਾਲਾ ਕਰੋ ਇਹੋ ਜਿਹੇ ਧੋਖੇਬਾਜ਼ ਦਾ। ਸੁਣੋ ਜੀ, ਸ਼ਗਨ ਤਾਂ ਨੀ ਪਾਇਆ? ਚਲੋ ਫਿਰ ਸ਼ਗਨ ਬਚਾਓ ਤੇ ਤੁਰਨ ਦੀ ਕਰੋ। ਖਬਰਦਾਰ, ਕਿਸੇ ਨੇ ਅਗਰ ਸ਼ਗਨ ਪਾਏ ਬਗੈਰ ਇੱਥੋਂ ਬਾਹਰ ਜਾਣ ਦੀ ਕੋਸ਼ਿਸ਼ ਵੀ ਕੀਤੀ ਤਾਂ ਤਰਸੇਮ ਬਾਹਰ ਗੇਟ ਦੇ ਬੰਦੇ ਲਾਓ। ਕਿੱਦਾਂ ਦਾ ਬੰਦਾ ਯਾਰ? ਮਹਿਲਾ ਪੁਲਿਸ ਨੇ ਚਾਰ ਥੱਪੜ ਮਾਰੇ ਨਾ, ਅਕਲ ਆ ਜੂਗੀ ਤੈਨੂੰ। ਮਹਿਲਾ ਪੁਲਿਸ ਦਾ ਤਾਂ ਪਤਾ ਨੀ, ਪਰ ਮਹਿਲਾ ਸਮਿਤੀ ਵਾਲੇ ਜ਼ਰੂਰ ਆ ਰਹੇ ਤੇਰਾ ਜਲੂਸ ਕੱਢਣ। ਤਾਂ ਕੀ ਹੋ ਗਿਆ? ਮਹਿਲਾ ਸਮਿਤੀ? ਜਨਾਬ, ਮਹਿਲਾ ਸਮਿਤੀ ਵਾਲੀ ਨਾ ਖਰੀਦ ਗਈ ਬਹੁਤ ਹੈ। ਹੈਲੋ, ਲਓ ਜੀ, ਮਹਿਲਾ ਸਮਿਤੀ ਵਾਲਾਂ ਦਾ ਫੋਨ ਤੇ ਆ ਵੀ ਗਿਆ, ਮੈਨੂੰ ਇਦਾਂ ਲੱਗਦਾ। ਵੈਸੇ ਦੁੱਲੇ ਫੇਰਾਂ ਦਾ ਬਹੁਤ ਕੁਝ ਵਿਗੜ ਗਿਆ, ਬਹੁਤ ਕੁਝ ਵਿਗੜ ਗਿਆ, ਟੁੱਟ ਗਿਆ ਜੀ ਰਿਸ਼ਤਾ, ਟੁੱਟ ਗਿਆ। ਮੈਂ ਤਾਂ ਕਹਿੰਦਾ ਜੀ ਕੁੜੀ ਨੂੰ ਫੋਨ ਕਰ ਹੀ ਦਿਓ, ਭਈ ਨਹੀਂ ਮੇਕਅਪ ਕਰਾਇਆ ਤੇ ਰਹਿਣ ਦੇ, ਇੱਥੇ ਵਿਆਹ ਤੇ ਕੈਂਸਲ ਹੋ ਗਿਆ, ਬਰਾਤ ਦੇ ਛੇਤਰ ਪੈਣ ਵਾਲੇ। ਵਿਆਹ ਟੁੱਟ ਗਿਆ, ਟੁੱਟ ਗਿਆ ਜੀ। ਟੈਂਪੂ ਦੇ ਭੇਜ ਦਿਓ ਵਾਪਸ ਪਿੰਡ ਵਾਲਿਆਂ ਨੂੰ। ਤੁਸੀਂ ਕਿਡਨੈਪ ਨਹੀਂ ਹੋਏ? ਤੁਹਾਨੂੰ ਭੁਲੇਖਾ ਲੱਗ ਰਿਹਾ ਹੋਣਾ, ਕਿਡਨੈਪਰ ਤਾਂ ਮੇਰੇ ਸਾਹਮਣੇ ਖੜੇ ਆ। ਮੈਂ ਤੈਨੂੰ ਕਹੀ ਤਾਂ ਜਾਣਾ ਯਾਰ, ਮੇਰੀ ਗਲਤੀ ਸਿਰਫ ਇੰਨੀ ਆ ਵੀ ਮੈਂ ਤੈਨੂੰ ਦੱਸਣ ਤੋਂ ਬਗੈਰ ਬਾਬਾ ਬਾਲਕ ਨਾਥ ਤੇ ਚਲਾ ਗਿਆ। ਮਹੱਲੇ 'ਚੋਂ ਫ੍ਰੀ ਟੈਂਪੂ ਚੱਲਾ ਸੀ, ਮੈਂ ਵੀ ਚੜ ਗਿਆ। ਅੱਛਾ ਤੂੰ ਇੱਦਾਂ ਕਰ, ਛੇਤੀ ਕਰ ਪਹੁੰਚ, ਮੈਂ ਨਾ ਤੇਰੇ ਲਈ ਉੱਨੇ ਵਾਲੇ ਅੱਡੇ ਤੋਂ ਖੱਟਾ ਆਮ ਪਾਪੜ ਲੈ ਕੇ ਆਇਆ। ਮੈਂ 5 ਮਿੰਟਾਂ 'ਚ ਪਹੁੰਚਦੀ ਆ, ਪਰ ਇੱਥੇ ਜ਼ਰਾ 3-4 ਅੰਬਾਂ ਦੀ ਚਟਨੀ ਬਣਾਵਾਂ। ਭਾਈ ਤਰਸੇਮ ਜੀ, ਮੈਨੂੰ ਸਮਝ ਨਹੀਂ ਆ ਰਹੀ ਕਿ ਲੇਡੀ ਪੁਲਿਸ ਅਜੇ ਤੱਕ ਪਹੁੰਚੀ ਕਿਉਂ ਨਹੀਂ, ਰਸਤੇ 'ਚ ਗੋਲਗੱਪੇ ਖਾਣ ਲੱਗ ਪਈ। ਜਨਾਬ, ਜਦ ਤੱਕ ਲੇਡੀ ਪੁਲਿਸ ਨਹੀਂ ਆਉਂਦੀ, ਇਸ ਔਰਤ ਦੀ ਗੱਲ ਮੰਨ ਨਹੀਂ ਲਓ। ਲਓ ਜੀ, ਫਿਲਹਾਲ ਮੈਂ ਮੰਨਦਾ ਕਿ ਮੈਂ ਇਹਦੇ ਨਾਲ ਵਿਆਹ ਹੋਇਆ। ਇਹ ਤੁਸੀਂ ਕੀ ਕਹਿ ਰਹੇ ਹੋ ਵੀਰ ਜੀ? ਤੁਹਾਡਾ ਵਿਆਹ ਮੇਰੇ ਨਾਲ? ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿਸੇ ਪਰਾਈ ਔਰਤ ਬਾਰੇ ਇਦਾਂ ਦੀ ਗੱਲ ਕਰਦੇ ਆ? ਯਾਰ, ਇੱਕ ਤਾਂ ਇਹਨੇ ਮੇਰੀ ਸ਼ਰਮ ਕਨਫਿਊਜ਼ ਕਰਤੀ, ਸਮਝ ਨਹੀਂ ਆਉਂਦੀ ਕਿਸ ਗੱਲ ਤੇ ਆਵੇ ਕਿਸ ਗੱਲ ਤੇ ਨਾ ਆਵੇ। ਦਰਅਸਲ ਇਹ ਸਭ ਮੈਂ ਆਪਣੇ ਪਤੀ ਦੀ ਜਾਨ ਬਚਾਉਣ ਲਈ ਕੀਤਾ। ਕੁਝ ਬਦਮਾਸ਼ਾਂ ਨੇ ਮੈਨੂੰ ਧਮਕਾ ਕੇ ਸਭ ਕੁਝ ਮੇਰੇ ਤੋਂ ਕਰਵਾਇਆ। ਮਿੱਤਰੋ, ਖਿਸਕੰਤੀ ਕਰੋ, ਨਹੀਂ ਅੱਜ ਖਿੜੂ ਖਰੋਟ। ਨਿਕਲੋ ਲੋਏ ਲੋਏ। ਬਾਬਾ ਪਿੰਕਾ, ਪਿੰਕਾ ਗੋਲਡੀ ਬੜੀ ਚੁੱਪ ਚਾਪ ਹੈ। ਹਾਏ ਹਾਏ ਸਿਮਰਨ, ਦੇਖ ਕਿਤੇ ਵਿਆਹ ਮੁੱਕ ਤੇ ਨਹੀਂ ਗਿਆ? ਉਹ ਵਿਆਹ ਤਾਂ ਮੁੱਕ ਕੇ ਚੱਲਿਆ ਸੀ, ਕੁਝ ਬੰਦੇ ਸਾਡਾ ਵਿਆਹ ਤੋੜਨਾ ਚਾਹੁੰਦੇ ਸੀਗੇ। ਕੌਣ? ਉਹ ਖੜੇ ਨੇ ਉਹ ਕਮੀਨੇ। ਉਹ ਸਮੀਪ, ਤੂੰ? ਸਿਮਰਨ, ਅੱਜ ਤੁਹਾਡਾ ਵਿਆਹ ਨਹੀਂ ਹੈ? ਪਰ ਤੁਹਾਨੂੰ ਕਿੰਨੇ ਕਿਹਾ ਕਿ ਸਿਮਰਨ ਦਾ ਵਿਆਹ ਹੈ? ਤੁਹਾਡੇ ਮਾਲੀ ਨੇ? ਕਮਾਲ ਦੀ ਗੱਲ ਹੈ, ਮੈਂ ਤਾਂ ਕਿਹਾ ਸੀ ਸਿਮਰਨ ਜੀ ਦਾ ਵਿਆਹ ਹੈ। ਆ ਦੇਖ ਲਓ, ਹੁਣ ਫੇਰ ਕਹਿ ਰਿਹਾ। ਦੇਖ ਨਹੀਂ, ਸੁਣ ਲਓ, ਮਾਲੀ ਸਾਡਾ ਹੱਕ ਲਾਉਂਦਾ ਹੈ।
क्या उन्हें हर सिमरन सी तानू सिमरन सुनिया? हटा मुंह। माफ करना, असी सोचे आज सिमरन दा व्याह है। माफ करना, इदा मतलब जी आज किते मेरा व्याह हुंदा तुसी तोड़ देना सी? सिमरन तुसी मेरी गल नहीं समझे। मैं सब समझ गया स्मी, पर अफसोस बहुत देर बाद समझी है। मैं तुहानू सारे नूं अपना दोस्त समझदी सी। वाह क्या खूब निभाई है तुसी दोस्ती। इन्हां दोस्तां नूं व्याह ते बुलाउण दी जिद कर रही सीगी। ऐसा शुक्र करो कि मेरे पर्सनल जोशी ने इशारे नाल मैंने समझाया कि सिर्फ फैमिली मेंबर्स नु बुला के ब्याह कर लो। उधर सेम जी ओ जोशी नु चको जेड़ा इशारे करदा। सिमरन मैं थोनू सारी गल समझाना, तुसी ता कुछ ना ही बोलो। सिमरन मेरी गल समझण दी कोशिश करो प्लीज। हले भी कुछ रह गया समझाउण नु? इन्हां तिन्नां बारे में बहुता नहीं जानती सी, पर तुसी ता मेरे पुराने दोस्त सी। मैं तुहाडे तों उम्मीद नहीं कीती, तुसी मेरा विश्वास तोड़िया। प्लीज रब दे वास्ते तों चले जाओ। सिमरन मैं चले जाओ। सिमरन एक मिनट, मैनू पता तू हुण साडे ते कदे विश्वास नहीं करेंगी। असी विश्वास वाला काम भी किहड़ा कीता? तेरे नाल दोस्ती कीती ओ झूठ, तेरियां हमदर्दियां लैण दी कोशिश कीती ओ झूठ। दरअसल साडा इक्को मकसद सी सिमरन, कि किसे तरह तेरे नाल व्याह करवा के कनेडा जा सकीए। पर अज जिस इंसान ते तू इल्जाम लगाया, ਸਾਡੇ ਸਾਰਿਆਂ ਚੋਂ ਸਿਰਫ ਉਹੀ ਇੱਕ ਬੇਕਸੂਰ ਹੈ ਤੇ ਸੱਚਾ। ਔਰ ਸਿਰਫ ਸੱਚਾ ਹੀ ਨਹੀਂ, ਤੈਨੂੰ ਸੱਚੇ ਦਿਲੋਂ ਪਿਆਰ ਵੀ ਕਰਦਾ ਹੈ। ਪਿਛਲੇ 3 ਸਾਲਾਂ ਤੋਂ ਆਪਣੇ ਜਜ਼ਬਾਤ ਨੂੰ ਇੱਕ ਗ੍ਰੀਟਿੰਗ ਕਾਰਡ 'ਤੇ ਲਿਖ ਕੇ ਸੰਭਾਲੀ ਬੈਠਾ, ਔਰ ਉਹ ਕਾਰਡ ਤੈਨੂੰ ਦੇ ਸਕੇ ਇੰਨੀ ਉਹਦੀ ਕਦੇ ਹਿੰਮਤ ਨਹੀਂ ਹੋਈ। ਸਿਮਰਨ ਸਾਨੂੰ ਸਾਰਿਆਂ ਨੂੰ ਇਹੀ ਭੁਲੇਖਾ ਸੀ ਕਿ ਅੱਜ ਤੇਰਾ ਹੀ ਵਿਆਹ ਹੈ, ਔਰ ਅਸੀਂ ਆਏ ਵੀ ਤੇਰਾ ਵਿਆਹ ਤੁਲਾਉਣੀ ਸੀ। ਪਰ ਸਮੀਪ ਸਾਡੇ ਨਾਲ ਇਸ ਕੰਮ 'ਚ ਸ਼ਾਮਿਲ ਨਹੀਂ ਸੀ, ਬਲਕਿ ਉਹ ਵਿਚਾਰਾ ਤਾਂ ਇਹ ਕਹਿ ਕੇ ਸਾਨੂੰ ਸਾਰਿਆਂ ਨੂੰ ਛੱਡ ਗਿਆ ਸੀ ਕਿ ਨਾ ਤਾਂ ਮੈਂ ਸਿਮਰਨ ਦਾ ਵਿਆਹ ਤੋੜਾਂਗਾ ਔਰ ਨਾ ਹੀ ਕਿਸੇ ਨੂੰ ਤੋੜਨ ਦੇਵਾਂਗਾ। ਸੌ ਗੁਰੂ ਦੀ ਸਿਮਰਨ, ਸਮੀਪ ਸਾਡੇ ਨਾਲ ਇਸ ਸਾਜਿਸ਼ ਵਿੱਚ ਬਿਲਕੁਲ ਸ਼ਾਮਿਲ ਨਹੀਂ ਸੀ। ਉਹ ਤਾਂ ਵਿਚਾਰਾ ਇਸ ਵਿਆਹ ਵਿੱਚ ਚੁੱਪ ਚੁਪੀਤੇ ਇੱਕ ਵਾਰ ਤੈਨੂੰ ਲਾਲ ਜੋੜੇ ਵਿੱਚ ਵੇਖਣ ਆਇਆ ਸੀ। ਵੇਖੋ ਜੀ, ਇੱਕ ਗੱਲ ਤਾਂ ਮੈਂ ਵੀ ਕਹਿਣਾ ਚਾਹਾਂਗੀ, ਇਹ ਵਿਆਹ ਤੁੜਵਾਉਣ ਲਈ ਮੈਨੂੰ ਵੀ ਇਹਨਾਂ ਤਿੰਨਾਂ ਨੇ ਹੀ ਮਜਬੂਰ ਕੀਤਾ ਸੀ। ਸਿਮਰਨ ਜੇ ਅੱਜ ਕਿਤੇ ਸਮਾਂ ਹੱਥੋਂ ਨਿਕਲ ਕੇ ਬਿਖਰ ਗਿਆ ਤਾਂ ਇਸ ਲਈ ਅਸੀਂ ਤਾਂ ਗੁਨਾਹਗਾਰ ਹੋਵਾਂਗੇ, ਪਰ ਕਿਤੇ ਨਾ ਕਿਤੇ ਤੂੰ ਵੀ ਆਪਣੇ ਆਪ ਨੂੰ ਜ਼ਿੰਦਗੀ ਭਰ ਕਦੇ ਮਾਫ਼ ਨਹੀਂ ਕਰ ਪਾਏਂਗੇ। ਮੇਰੀ ਇੱਕ ਗਲਤੀ ਵੀ ਮਾਫ਼ ਨਹੀਂ ਕਰੋਗੇ? ਬਸ ਇੰਨੀ ਦੋਸਤੀ ਹੈ, ਇੰਨਾ ਹੀ ਪਿਆਰ। ਪਿਆਰ ਅੱਜ ਵੀ ਨਹੀਂ ਕਹੂੰਗੀ, ਮੇਰੇ ਕੰਨ ਤਰਸ ਗਏ ਨੇ ਤੁਹਾਡੇ ਮੂੰਹ ਇਹ ਇੱਕ ਲਫ਼ ਸੁਣਨ ਲਈ। ਸਿਮਰਨ ਹਾਂ, ਤੁਹਾਡੀ ਸਿਮਰਨ ਵੀ ਤੁਹਾਨੂੰ ਓਨਾ ਹੀ ਪਿਆਰ ਕਰਦੀ ਹੈ ਸਮੀਪ, ਜਿੰਨਾ ਤੁਸੀਂ ਸਿਮਰਨ ਨੂੰ ਕਰਦੇ ਹੋ। ਗ੍ਰਿਫਤਾਰ ਕਰ ਲਓ ਇਹਨਾਂ ਨੂੰ। ਕਮਾਲ ਕਰ ਰਿਹਾ ਐਸ ਐਚ ਓ ਸਾਹਿਬ, ਸਾਰੀ ਜ਼ਿੰਦਗੀ ਅਸੀਂ ਕੁੱਤੇ ਦੇ ਪੁੱਤਰਾਂ ਵਾਲੇ ਕੰਮ ਕੀਤੇ ਨੇ, ਪੁਲਿਸ ਨੂੰ ਸਾਡੀ ਵਾਹ ਨਹੀਂ ਲੱਗੀ। ਅੱਜ ਪਹਿਲੀ ਵਾਰ ਕੋਈ ਬੰਦੇ ਦੇ ਪੁੱਤਰਾਂ ਵਾਲੇ ਕੰਮ ਕੀਤਾ ਤੇ ਤੁਸੀਂ ਕਹਿੰਦੇ ਹੋ ਗ੍ਰਿਫਤਾਰ ਕਰ ਲਓ ਇਹਨਾਂ ਨੂੰ? ਹੈਂ ਬਈ, ਜੁਰਮ ਤਾਂ ਜੁਰਮ ਹੀ ਆ, ਉਹਦੀ ਸਜ਼ਾ ਤਾਂ ਮਿਲੂਗੀ। ਐਸ ਐਚ ਓ ਸਾਹਿਬ, ਕਿਉਂ ਐਵੇਂ ਬਿਨਾਂ ਗੱਲ ਤੋਂ ਕਸੀ ਫਿਰਦੇ ਹੋ ਲੰਗੋਟ? ਨਾਲੇ ਕਿਸ ਗੱਲ ਦੀ ਸਜ਼ਾ? ਅਸੀਂ ਕਿਹੜਾ ਭੰਨਿਆ ਕੋਈ ਬੁੱਲਾਂ ਨਾਲ? ਸਾਹਿਬ ਬਹਾਦਰ, ਅਸੀਂ ਜੁਰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਡੇ ਤਾਂ ਜੁਰਮ ਹੋਇਆ ਤੇ ਨਹੀਂ ਨਾ। ਬਈ, ਕਾਨੂੰਨ ਦੀ ਕੋਨੀ ਵੱਜ ਚੁੱਕੀ ਆ, ਅਸੀਂ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਕੀਤਾ ਤਾਂ ਨਹੀਂ ਤੁਹਾਨੂੰ? ਲਿਓ ਵੀ ਜੈਮਾਲਾ ਦਿਓ, ਪਹਿਲਾਂ ਬੱਚਿਆਂ ਦਾ ਵਿਆਹ ਕਰ ਲਈਏ। ਤੇ ਸਾਡਾ? ਸਾਡਾ ਕੀ ਹੈ, ਸਾਡਾ ਅੱਧੇ ਘੰਟੇ ਬਾਅਦ ਹੋ ਜਾਏਗਾ।
ਬਿਲਕੁਲ ਮਾਹੌਲ ਠੀਕ ਹੈ ਚੱਕ ਦੇ ਫੱਟੇ ਕੀ ਹੈ ਨਾ ਕਿੰਨਾ ਸਾਊ ਮੁੰਡਾ ਮਿਲਿਆ ਨਾ ਕਾਸ਼ ਮੇਰੀ ਪ੍ਰੀਤ ਨੂੰ ਵੀ ਇਹੋ ਜਿਹਾ ਮੁੰਡਾ ਮਿਲ ਜੇ ਤੇ ਮੇਰਾ ਵੈਨਕੂਵਰ ਤੋਂ ਆ ਕੇ ਜਵਾਈ ਲੱਭਣਾ ਵੀ ਸਫਲ ਹੋ ਜੇ ਹੈ ਜਵਾਈ ਵੈਨਕੂਵਰ ਮੰਮੀ